ਤੁਰਲਾ ਕਦਾ ਕਦ ਪਿੱਛੇ ਆਈ ਜਾਨੀ ਆ ਹੁਣੀ ਆ ਹੁਣ ਹਾਂ ਪਤਾ ਨਹੀਂ ਕੀ ਬਣੂਗਾ ਕੋ ਕੰਮ ਕਾਰ ਵੀ ਨਹੀਂ ਦੇਖਦੀਆਂ ਹੈਗੀਆਂ ਨਾ ਵਿੱਕੀ ਦੇਖੇ ਨਾ ਇਹ ਦੇਖੇ ਉਹ ਤੁਹਾਨੂੰ ਇਹੋ ਜਿਹੀ ਇਹਦੀ ਛੋਟੀ खेत नरमा चुगना है जिन्ना क प्या चल चुग लिया नरमा ते फिर कणक कुणक बीजन कनियो लेट हो जाने आ जाने तेरे बापू नू तुसी सब्जी सुब्जी का कर ले तो तू के बना ली वधिया तू बना ली उन कड़ा लखना सब्जी बनाउन दा सारा कुछ देख कर लिए टाइम आया चल गए केड़ा चुगन गिया नरमी और सब्जी कट लेने प्रिया नू बाज मारो तड़का चीर प्रिया प्रिया उरे आयो बार पता नहीं की करी जांदी अंदर ही बैठी रहिंदी सारा दिन प्रिया उरे आ की करी जानी आ माड़ा मोटे बाहर निकल के भी कोई देख लिया कर खेत बन्ने भी जाना हुंदा रोटी टुक भी बनाना हुंदा माड़ा मोटा बाहर निकल के देखा कर भी दीदी की कम करने वाला अपना हाँ दसो ना दी की कम करने वाला हूँ आप सब्जी बनानी है फिर आप रोटी बनानी है बेबे बापू बेचारे कदों दे गए हुए भुखे है कम करते भुख दुगनी लगती है देख तो इन भी पता है उन्होंने रोटी लेके जाना है अपने कह के गई है बेबे प्रिया ना तू आ की पाया कुड़े की आ कपड़े आपके घर च अपनी सौ गल आ पर बाहर सब चीजा चंगी नहीं लगदी मेरा जो दिल करूगा ना मैं ओही पाऊंगी मैं किसी दे कहंदे नहीं पाणे पिंड आ राजे पिंड आ तां मैं की करां हुण मैं अपना पहरावा चेंज करना सारा कुछ चेंज करना पऊ जो पेंडुआ दे ब्याहे गए ना फिर सारा कुछ चेंज करना मेथों नहीं चेंज हुंदा हैगा तैनू पता ना बापू क्लेश करूगा फिर देख के तू फिर कहेंगी जदो करू देख अपने घरे रोज रोज क्लेश हुंदा किते चंगा लगदा तू इहदे च नवीं की गल हैगी नवीं की गल जो तू इहजे कपड़े पाएगी बाहर सौ बंदे लंघदे ते कोई देख लूगा फिर की आम गल है दी इह आम गल शहरियां लई हुंदी है पेंडुआ लई नहीं हुंदी ठीक है ये अपनी किज्जत हुंदी है टकी रहे उही ठीक हुंदी है मैं एहो जे पाणे है मैं ही पाके जाऊं तेरी मर्जी है मैं तो जिन कप दी बड़ी मैं छोटी भैन बना के तन्नू कहा सी नहीं मानना तेरी मर्जी है चल हुण आपां सब्जी सुब्जी बना लिए उत्थे चुल्हे कोल ते दवा दो चलिए फिर रोटी लेके बेबे होरां दी भुख लगी उहनां नूं चल ठीक है ले आ जा मैं रोटी भी बन ली चल चलिए मैं झोला ले लो पा ले चल तो देख दे आ झोला जल्दी आ जा बापू तो तेन भाले पखे ही बैठा होगा प्रिया तेन एक गल होर कहा गुस्सा ना करी तू कही बार बार दीदी आ कपड़िया की गल कर दी सी मैं बारे ताया भी मिलता अपना चाचा भी मिलता गा दी हूं एक बार कहता दता हूं किन्नी बार कहा
ਕਿੰਨੀ ਵਾਰ ਕੀ ਕਹਾਂ, ਸੋਹਣਾ ਨਹੀਂ ਲੱਗਦਾ ਪ੍ਰਿਆ। ਚਲੋ ਮੈਂ ਇਸ ਨੂੰ ਓਪਨ ਕਰ ਲੈਣੀ ਆ, ਠੀਕ ਹੈ ਨਾ? ਬਸ ਇਸ ਤੋਂ ਜ਼ਿਆਦਾ ਨਹੀਂ ਮੈਂ ਕਰ ਸਕਦੀ। ਜੇ ਤੂੰ ਪੂਰੀ ਪਾਲਿਆ ਕਰੇ ਉਹਦੇ ਚ ਵੀ ਨਹੀਂ, ਮੈਂ ਨਹੀਂ ਪਾਉਂਦੀ ਹੈਗੀ। ਆਪਣੇ ਘਰੇ ਕਲੇਸ਼ ਪਊਗਾ ਜਦੋਂ ਪਊਗਾ, ਦੇਖੀ ਜਾਊਗੀ। ਦੀ ਮੈਂ ਤੁਹਾਡੇ ਕਹੇ ਤੋਂ ਇਹਨੂੰ ਨੀਚੇ ਕਰ ਲਿਆ ਗਾ, ਠੀਕ ਹੈ ਨਾ? ਤੇਰੀ ਮਰਜ਼ੀ ਹੈ, ਮੈਨੂੰ ਕੁਛ ਨੀ ਬੁਰਾ ਲੱਗਦਾ, ਠੀਕ ਹੈ? ਦੀ ਲੇਕਿਨ ਸਾਡੇ ਉੱਥੇ ਇੱਦਾਂ ਦਾ ਕੁਛ ਵੀ ਨਹੀਂ ਹੈਗਾ ਨਾ, ਲੋਕ ਬਿਲਕੁਲ ਮਾਇੰਡ ਨਹੀਂ ਕਰਦੇ ਜਿਸ ਤਰ੍ਹਾਂ ਦੀ ਇੱਥੋਂ ਦੇ ਲੋਕਾਂ ਦੇ ਮਾਇੰਡ ਸੈੱਟ ਹੋਏ ਹੋਏ ਨਾਲ। ਇੱਥੋਂ ਦੀ ਕਿਸੇ ਦੀ ਨੂੰਹ ਧੀ ਨੂੰ ਦੇਖਿਆ? ਨੂੰਹ ਧੀ ਨੂੰ ਤਾਂ ਛੱਡ, ਕੁੜੀ ਨੂੰ ਦੇਖਿਆ ਇਹੋ ਜਿਹੇ ਕੱਪੜੇ ਪਾਉਂਦੇ? ਚੱਲ ਫਿਰ ਆਪਾਂ ਮੰਨ ਲਈਏ ਭਾਈ, ਹਾਂ ਉਹਨਾਂ ਦੀ ਕੁੜੀ ਪਾਈ ਫਿਰਦੀ, ਆਪਾਂ ਕਹਿੰਦੇ ਵੀ ਹੋ ਜਾਈਏ, ਆਹ ਗੱਲ ਆ, ਹੋਰ ਕੁਛ ਨੀ ਗੱਲ। ਕੋਈ ਦੂਸਰਾ ਨੀ ਪਾ ਰਿਹਾ ਤਾਂ ਉਹਦੇ ਚੱਕਰ ਦੇ ਵਿੱਚ ਮੈਂ ਵੀ ਨਾ ਪਾਵਾਂ। ਤੂੰ ਮੇਰੀ ਗੱਲ ਸੁਣ, ਤੈਨੂੰ ਤਾਂ ਬੇਸ਼ੱਕ ਸੰਗ ਦੇ ਕੋਈ ਕੁਛ ਨਾ ਕਹੇ, ਪਤਾ ਤੈਨੂੰ ਤੇਰੇ ਕਰਕੇ ਨਾ ਵਿੱਕੀ ਨੂੰ ਸੁਣਨਾ ਪੈਂਦਾ ਸਾਰਾ ਕੁਛ। ਅੱਜ ਵੀ ਹੁਣ ਤਾਂ ਪਹੁੰਚਣ ਵਾਲੇ ਬਸ, ਉਹ ਦੇਖੀ ਜਾਂਦੇ ਨੇ ਲੱਗੇ ਪਏ ਨੇ। ਚੱਲ ਨਾਲੇ ਮਾੜਾ ਮੋਟਾ ਆਪਾਂ ਚੁਗਾ ਦਾਂਗੇ, ਹੱਥ ਲਵਾ ਦਾਂਗੇ। ਮੈਂ ਵੀ ਦੇਖ ਲੂੰਗੀ ਦੀ, ਤੂੰ ਕਦੇ ਦੇਖਿਆ ਨੀ ਨਾ? ਨਹੀਂ ਬਿਲਕੁਲ ਵੀ ਨੀ। ਕਾਟਨ ਹੈ ਨਾ ਇਹ? ਹਾਂ। ਪਤਾ ਨੀ ਕਿਉਂ ਨੀ ਆਉਂਦੀਆਂ ਛੇਤੀ, ਦਾਲ ਪਾਣੀ ਬਣਾ ਕੇ ਲਿਆਉਣਗੇ। ਦਾਲ ਪਾਣੀ ਬਣਾ ਕੇ ਲਿਆਉਣੀਆਂ ਦੀ ਨਾ, ਮੈਨੂੰ ਗਿੱਲਾ ਹੋ ਰਿਹਾ ਨਰਮਾ ਵੀ। ਹੋਰ ਮੀਂਹ ਕਰਕੇ ਰੋਟੀ ਖਾ ਲੋ, ਹੁਣ ਆ ਗਈਆਂ, ਟਾਈਮ ਲੱਗ ਗਿਆ ਤੁਹਾਨੂੰ ਹਨਾ ਆਉਣ ਦਾ। ਉਹ ਤੂੰ ਰੋਟੀ ਦਾ ਛੱਡ, ਆ ਕੀ ਕਰੀ ਫਿਰਦੇ ਆ? ਜਲੂਸ ਕੱਢੀ ਫਿਰਦੀ ਆ ਤੂੰ, ਆ ਕੀ ਜਲੂਸ ਕੱਢਿਆ ਈ ਸਾਰੇ ਪਿੰਡ ਚ ਜਲੂਸ ਕੱਢਤਾ ਸਾਡਾ। ਉਹ ਪਾਲੀ ਪੋਤਾ, ਕੱਪੜੇ ਲੀੜੇ ਨਹੀਂ ਸੀ। ਉਹ ਪਾਲੀ ਪੁੱਤ, ਤੈਨੂੰ ਇਹਨੂੰ ਕਿਹਾ ਕੁਛ? ਬਾਪੂ ਮੈਂ ਤਾਂ ਹੁਣ ਮੈਂ ਕੀ ਕਰਾਂ? ਮੈਂ ਨਰਮਾ ਛੱਡ ਪਹਿਲਾਂ, ਇਹਨੂੰ ਸਮਝਾ। ਓਏ ਐ ਕਿਵੇਂ ਕੰਮ ਚੱਲੂ ਭਾਈ ਤੇਰਾ? ਓਏ ਤੂੰ ਸਾਰੀ ਸਾਰੇ ਜਲੂਸ ਕਢਾਤਾ ਆਂਢ ਗੁਆਂਢ ਦੇ ਵਿੱਚ। ਸਾਡਾ ਜਲੂਸ ਖੰਡਿਆ ਤਾ ਤੁਸੀਂ? ਮੈਂ ਕਾਹਦਾ ਜਲੂਸ ਖੰਡਿਆ ਤਾ? ਓ ਕੱਪੜਿਆਂ ਦਾ, ਪਹਿਲੀ ਵਾਰੀ ਪਾਏ ਨੇ ਮੈਂ, ਜਿਹੜਾ ਇੰਨਾ ਰੌਲਾ ਪਾ ਰਹੇ ਹੋ ਤੁਸੀਂ। ਓ ਬੁੱਤ ਘਰੇ ਚੱਲ ਜਾਂਦੀਆਂ ਨੇ ਇਹ ਗੱਲਾਂ, ਇੱਥੇ ਨਹੀਂ ਚੱਲਣੀਆਂ ਹੈਗੀਆਂ। ਖੇਤਾਂ ਦੇ 100 ਤਰ੍ਹਾਂ ਦਾ ਬੰਦਾ ਮਿਲਦਾ ਸਾਨੂੰ। ਯਾਰ ਬਾਪੂ ਤੁਹਾਡੇ ਬੰਦਿਆਂ ਕਰਕੇ ਮੈਂ ਆਪਦੇ ਕੱਪੜੇ ਪਾਣੇ ਛੱਡਦਾ? ਓ ਐਵੇਂ ਕਿਵੇਂ ਛੱਡਦਾ ਪੁੱਤ ਪਾਲੀ, ਤੈਨੂੰ ਪਤਾ ਲੋਕ ਕੀ ਗੱਲਾਂ ਬਣਾਉਣਗੇ? ਲੋਕ ਸਾਰੇ ਪੱਟੀ ਮੇਸ ਕਰਕੇ ਧਰਤੀ ਸਾਡੀ ਜੱਦੀ ਨੇ, ਮੇਰੇ ਕਰਕੇ ਬਣਨੀਆਂ ਨੇ ਤੁਹਾਡੀਆਂ ਗੱਲਾਂ? ਓ ਤੇਰੇ ਕਰਕੇ ਧਰਤੀ ਜਾਂਦਾ ਉਹ ਅਗਲਾ, ਹੋਰ ਕਿਹਨੂੰ ਕਹੂਗਾ? ਹਾਂ ਮੈਨੂੰ ਹੀ ਕਹੂਗਾ, ਜਿਹੜੇ ਤੁਹਾਡੇ ਹੋਰ ਰੌਲੇ ਇੰਨੇ ਪੈਂਦੇ ਨੇ ਉਹਨਾਂ ਬਾਰੇ ਨਹੀਂ ਕਹੂਗਾ, ਬਸ ਕੱਪੜਿਆਂ ਬਾਰੇ ਕਹੂਗਾ ਅਗਲਾ। ਲੋਕ ਕਹਿ ਦਿੰਦੇ ਆ, ਸੱਸ ਮੂਹਰੇ ਬੋਲਦੇ ਨੇ, ਸੱਸ ਨੂੰ ਮੂਹਦੇ ਮੱਥਾ ਵਾਤਾ, ਮੈਂ ਤਾਂ ਉੱਥੇ ਬੈਨੀ ਆ ਮੱਥਾ ਮਾਰਨ ਨੂੰ ਕਿਹਾ ਕੀ ਨਹੀਂ ਹੈਗਾ। ਉਹ ਦੇਖ ਲੈ, ਉਹ ਦੇਖ ਕੇ ਮੈਂ ਸਿਰੀ ਪਾਲੀ ਦੇਖਦੇ ਨੇ ਲੋਕਾਂ ਦੇ, ਸਾਰਾ ਸਾਡਾ ਪੱਟੀ ਮੇਸ ਕਰਾ ਕੇ ਧਰਤੀ ਇਹਨਾਂ ਨੂੰ ਨਾ ਇਹਦੀ ਬੇਬੇ ਕਹੇ ਨਾ ਵਿੱਕੀ ਕਹੇ, ਕੰਮ ਹੈਗੇ ਹੈਗੇ ਕੁਛ ਵੀ ਬੋਲ ਰਹੇ ਮੈਨੂੰ। ਸਾਰੇ ਪਿੰਡ 'ਚ ਪੱਟੀ ਮੇਸ ਕਰਾ ਕੇ ਧਰਤੀ ਇਹਨਾਂ ਨੇ। ਮੈਨੇ ਤੁਹਾਡੀ ਕੀ ਪੱਟੀ ਮੇਸ ਕਰਵਾ ਕੇ ਰੱਖਤੀ? ਸਿਰਫ ਕੱਪੜੇ ਦੇ ਪਿੱਛੇ ਬੋਲ ਰਹੇ ਹੋ ਤੁਸੀਂ? ਉਹ ਕੱਪੜਿਆਂ ਪਿੱਛੇ ਬੋਲਣਾ, ਅਭੀ ਤਾਂ ਨੂੰਹ ਆ ਸਾਡੀ, ਇਹ ਵੀ ਤਾਂ ਦੇਖ ਲੈ ਕਿਵੇਂ ਸੂਟ ਪਾਏ ਨੇ ਇਹਨੇ। ਕਿਉਂ ਮੱਥਾ ਮਾਰੀ ਜਾਂਦਾ, ਕਿਉਂ ਬੋਲੀ ਜਾਂਦਾ ਇਹਦੇ ਨਾਲ? ਨਾ ਬੋਲੋ ਨਾ, ਤੁਹਾਨੂੰ ਕੀ ਨਹੀਂ ਜਾਣਦੇ? ਮੈਂ ਤਾਂ ਉਹੀ ਬੋਲੀ ਜਾਂਦਾ, ਮੇਰਾ ਤਾਂ ਦਿਮਾਗ ਹਿੱਲਿਆ ਹੋਇਆ ਬੋਲਣ ਨੂੰ। ਨਾਲੇ ਬਾਪੂ ਨੂੰ ਖਵਾ, ਬਸ ਸਾਡੇ ਨਹੀਂ ਰੋਟੀਆਂ ਲੰਘਦੀਆਂ ਪੁੱਤ, ਰੋਟੀਆਂ ਦਾ ਸਾਨੂੰ ਆਂਢ ਗੁਆਂਢ ਖਵਾਉਣਗੇ ਹੁਣ, ਜਿਹੜੇ ਸੁਣ ਲੂੰਗਾ ਹੁਣ ਮੈਂ ਗੱਲਾਂ ਪਿੰਡ 'ਚ, ਬਾਹਰ ਨਿਕਲਣ ਜੋਕਰੇ ਨਹੀਂ ਛੱਡੇ ਹੈਗੇ ਇਹਨਾਂ ਨੇ। ਪ੍ਰਿਆ ਤੂੰ ਨਾ ਮੂਰੇ ਬੋਲ ਜੀ, ਤੁਸੀਂ ਦੇਖੋ ਨਾ ਕਿਵੇਂ ਬੋਲ ਰਹੇ ਨੇ ਮੈਨੂੰ, ਜਿਹੇ ਬੋਲੂਗੀ ਨਹੀਂ ਤਾਂ ਬਣੂਗਾ ਕੀ? ਇਹ ਤਾਂ ਬਰੋਬਰ ਮੈਂ ਇਹਨੂੰ ਬਥੇਰਾ ਕਹਿੰਦਾ ਸੀ, ਕੋਈ ਆਪਾਂ ਪਿੰਡ ਦੀ ਨੂੰਹ ਧੀ ਦੇਖ ਲੈਨੇ ਆ, ਕਾਹਨੂੰ ਕਿਸੇ ਦੀ ਗੱਲ ਮੰਨਦੀ ਸੀ? ਇਹ ਬੱਚਾ ਨਿਕਲ ਜੋ ਕੇ ਮੈਂ ਤਾਂ ਪਾਣੀ ਜਿਹੜਾ ਸੀ ਉਹ ਜੋੜੇ ਕੱਪੜੇ ਪਾਉਂ ਦੇਖ ਨਹੀਂ ਰਿਹਾ ਸੀ। ਮੁੰਡੇ ਮੰਗਰ ਲੱਗ ਕੇ ਆ ਕਰਤੀ ਪੱਟੀ ਮੇਸ, ਲੋਕ ਕਿਵੇਂ ਗੱਲਾਂ ਕਰਨਗੇ ਹੁਣ? ਸੁਣੀ ਲੋਕਾਂ ਦੀਆਂ ਗੱਲਾਂ, ਤੁਸੀਂ ਕਿਹੜਾ ਘਰੋਂ ਨਿਕਲਣਾ ਭਾਈ, ਮੈਨੂੰ ਸੁਣਨੀਆਂ ਪੈਣਗੀਆਂ? ਬਸ ਤੁਹਾਨੂੰ ਤਾਂ ਲੋਕਾਂ ਦੀ ਪਈ ਹੈਗੀ, ਲੋਕਾਂ ਦੀ ਪਈ, ਫਿਰਾਂ ਜਲੂਸ ਕੱਢ ਕੇ ਨਾ ਤੁਰਿਆ ਕਰ। ਚੱਲ ਮੇਰੀ ਗੱਲ ਸੁਣ, ਇੱਥੇ ਬਾਹਲਾ ਬਕਵਾ ਕਰਨ ਦੀ ਲੋੜ ਨਹੀਂ ਹੈਗੀ, ਇੱਥੇ ਸਾਰੇ ਦੇਖਦੇ ਨੇ ਸਿਰੀ ਪਾਲੀ ਦੇ, ਚੱਲ ਘਰੇ ਚੱਲ, ਘਰੇ ਚੱਲ ਕੇ ਗੱਲ ਕਰਦੇ ਆ, ਐ ਨਹੀਂ ਗੱਲ ਬਣਨੀ ਹੈਗੀ। ਚੱਕ ਪੁੱਤ ਪਾਲੀ ਰੋਟੀ, ਆ ਫੇਰ ਚੁੰਮ ਚੁਗਾਂਗੇ ਨਰਮਾ ਤਾਂ, ਪਹਿਲਾਂ ਇਹਨਾਂ ਨਾਲ ਹੀ ਨਿਪਟ ਲਈਏ। ਪ੍ਰਿਆ ਮੈਂ ਤੈਨੂੰ ਕੀ ਕਿਹਾ ਸੀਗਾ, ਇਹਨਾਂ ਦਾ ਕੰਮ ਹੀ ਆ ਦੀ, ਬਸ ਮੈਨੂੰ ਐਵੇਂ ਬੋਲਣਾ ਬਿਨਾ ਮਤਲਬ ਤੋਂ ਬੋਲਦੇ ਰਹਿੰਦੇ ਨੇ ਇਹ, ਮੈਨੂੰ ਬਾਹਰੇ ਨਾ ਪਾਇਆ ਤਾਂ ਇਹਨਾਂ ਦੇ ਕੱਪੜੇ ਨਾ, ਬਾਹਰੇ ਤੋਂ ਪਰਹੇਜ਼ ਕਰ ਲੈ ਕਰੀ। ਤੂੰ ਤਾਂ ਸਿਆਣੀ ਆ, ਕਿਉਂ ਇੱਥੇ ਜਲੂਸ ਕੱਢਿਆ? ਚੱਲੋ ਮੈਨੂੰ ਲੈ, ਇਹਨੂੰ ਲੈ ਆ, ਤੂੰ ਘਰ ਨੂੰ ਲੈ ਆ, ਕਾਹਦੇ ਵਾਸਤੇ ਇੱਥੇ ਜਲੂਸ ਨਿਕਲੂ?
ਅੱਜ ਤਾਂ ਆਉਣ ਦੇ ਨਾਲੇ ਉਹਨੂੰ ਆਉਣ ਦੇ ਨਾਲੇ ਇਹਨੂੰ ਆਉਣ ਦੇ ਦੇਖ ਅੱਜ ਇਹਨਾਂ ਨਾਲ ਕੀ ਬਣਾਉਣਾ ਕਿਵੇਂ ਜਲੂਸ ਖੰਡਿਆ ਪਾ ਸਾਡਾ ਪਿੰਡ ਚ ਹਾਂ ਲੋਕ ਤਾਂ ਕਾਹਨੂੰ ਦੇਖਦੇ ਨੇ ਇਹਨਾਂ ਨੂੰ घंटा हो गया यार बैठे पता नहीं किधर गए किधर हजे तक नहीं गया घर आई सुनना घर छड़ के भाग जाएंगे जमा परवाह नहीं है किसी चीज की रहा पे सारे गणियों जलूस खंडिया पिंड सीढ़ी पाली लोगों ने कि लड़ाई फालतू की लड़ाई नहीं करते है पसंद करी देख कि मेरी गल सुनना काका जा कपड़े आ पवाने बंद कर दे नहीं फिर आप होर देख ले जलूस कटता इन्हें की बोल बोलती है चुप करी खड़ी है तैं तां साडी कातों मननी है तू तो इदा इदा होया बैठा भाई हुण तू सानूं दा रोज कलेश करदे चंगे नहीं लगदे इहनूं वी समझा लांगे कोई ना मेरी गल सुन बिक्की दी बीबी इहनां दे बुला जे मां बाप नूं बुला गल कर इहनूं की पता छोर मत आई जी तेनू किन्ने वारी समझाईआं ने मैं गल्लां तेनूं आप नूं नहीं समझ आउंदी ਬੈਠੇ अपना घर का चल जू को जेड़े लोग गल्ला बना रहे ने सुन रहे ने उन्होंने मैं सुन लूंगा आपी आहो तैं थोड़ा सुन लिया खेत नहीं जाना को घर का कम कार नहीं देखना है चल तेन की लोड़ है बोलने की नहीं मन दे किसी की ना मन चल आ जा उधर तू चलिए प्यार मन आले ने यह ਸਲਵਾਰ ਸੂਟ ਜਾਂ ਚਾਚੇ ਦੇ ਕੱਪੜੇ ਪਾ ਕੇ ਜਾਣੇ ਨਹੀਂ ਕਰਦੇ ਬਸ ਤੂੰ ਜਾ ਕੇ ਰੋਟੀ ਪਾਣੀ ਲਿਆ ਮੇਰੇ ਲਈ ਭੁੱਖ ਬਹੁਤ ਲੱਗੀ ਪਈ ਸਵੇਰ ਦਾ ਘਰੋਂ ਨਿਕਲਿਆ ਰੋਟੀ ਨੀ ਪਾਣੀ ਨੀ ਆਉਣ ਸਾਰ ਘਰ ਦੇ ਤੁਹਾਡੇ ਕਲੇਸ਼ ਹੋ ਜਾਂਦੇ ਨੇ ਉਰੇ ਕੰਜਰ ਕਿਤੇ ਨੀ ਮੁੱਕਦੇ ਹੈਗੇ ਸਾਰਾ ਦਿਨ ਚੱਲ ਜਾ ਮੇਰੇ ਲਈ ਰੋਟੀ ਪਾਣੀ ਗਰਮ ਕਰ ਕਿੱਥੋਂ ਲਹੂ ਪੀਤਾ ਗੰਦੇ ਟੋਲੇ ਨੇ ਜਦੋਂ ਘਰੇ ਆਊਂ ਕਲੇਸ਼ ਜਦੋਂ ਘਰੇ ਆਊਂ ਕਲੇਸ਼ ਇਹਨਾਂ ਦਾ ਕਲੇਸ਼ ਨਹੀਂ ਮੁੱਕਦਾ ਹੈਗਾ ਕੰਜਰ ਕਿੱਤਾ ਨਾ ਮੈਨੂੰ ਲੈ ਕੇ ਡੁੱਬਣਗੇ ਸਾਰੇ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਅੱਜ ਦਾ ਜੋ ਮੈਸੇਜ ਹੈਗਾ ਉਹ ਇਹ ਹੈ ਕਿ ਇਨਸਾਨ ਦੀ ਸੋਚ ਸਹੀ ਹੋਣੀ ਚਾਹੀਦੀ ਹੈ ਕੱਪੜਿਆਂ ਦੇ ਨਾਲ ਕੁਛ ਵੀ ਨਹੀਂ ਹੁੰਦਾ ਹੈਗਾ ਤੇ ਬਾਕੀ ਜਿਹੜੇ ਸਾਨੂੰ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਉਹਨਾਂ ਦੇ ਕੁਛ ਕੁ ਨਾਮ ਨੇ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਜਿਹੜੇ ਸਾਨੂੰ ਕਮੈਂਟ ਕਰਦੇ ਉਹਨਾਂ ਦਾ ਨਾਮ ਮਲਵਿੰਦਰ ਸਿੰਘ ਮਨਕੀਰਤ ਸਿੰਘ ਮਹਿਕ ਚੌਧਰੀ ਜਸਪ੍ਰੀਤ ਕੌਰ ਰਮਨਦੀਪ ਬਰਾੜ ਗੋਰਾ ਸਿੰਘ ਏਕੇ 47 ਵਣਸਪ੍ਰੀਤ ਸਿੰਘ ਨਵਜੋਤ ਕੌਰ ਨੇਹਾ ਵਿਰਕ ਵਿਜੇ ਕੁਮਾਰ ਸੁਖਦੇਵ ਕੌਰ ਵੀਰ ਸਿੰਘ ਜੱਸੀ ਕੌਰ ਅਨਮੋਲ ਸਿੰਘ ਬਿਰਧ
ਬਿੰਦਰ ਮਾਨ ਮੋਨਿਕਾ ਸਿੰਘ ਸੁਖਚੈਨ ਸਿੰਘ ਬੇਅੰਤ ਪ੍ਰੀਤ ਉਮੇਰ ਰਾਣਾ ਥੈਂਕ ਯੂ ਜੀ ਜਿਹੜੇ ਸਾਨੂੰ ਕਮੈਂਟ ਕਰਦੇ ਔਰ ਜਿਨ੍ਹਾਂ ਦਾ ਇਸ ਵੀਡੀਓ ਵਿੱਚ ਨਾਮ ਨਹੀਂ ਆਇਆ ਨੈਕਸਟ ਵੀਡੀਓ ਚ ਉਹਨਾਂ ਨੂੰ ਜ਼ਰੂਰ ਨੇਮ ਲਵਾਂਗੇ ਥੈਂਕ ਯੂ ਹਾਂਜੀ ਤੇ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜੀ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਸਾਡੇ ਨਵੇਂ ਨਵੇਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੀਆਂ ਰਹਿਣ ਜੀ ਥੈਂਕ ਯੂ ਥੈਂਕ ਯੂ ਜੀ ਧੰਨਵਾਦ।